ਇੱਕ ਜਿਹੜਾ ਮੁੰਡਾ ਹੈ ਨਾ ਉਹ ਕਿੰਨੀ ਸ਼ਰਾਰਤ ਕਰ ਗਿਆ, ਵਿੱਚ ਕੁੱਤਰਾ ਸੱਟ ਗਿਆ। ਇੱਕ ਹੈ ਬੱਗੀ ਦਾੜੀ ਵਾਲਾ ਮੁੰਡਾ ਹੈ ਅਤੇ ਉਹ ਦੇਖੋ ਜੀ ਤੁਹਾਡੇ ਸਾਹਮਣੇ। ਹੁਣ ਮੈਂ ਕੀ ਕਰਾਂ, ਇਹਦਾ ਮੈਂ ਸਿਰ ਪਾਲਾ ਰੋੜਿਆ ਨਾਲ ਕਿ ਇੱਟਾਂ ਨਾਲ। ਇਹ ਹੁਣ ਬੜਾ ਸ਼ਰਾਰਤ ਚੰਗੀ ਹੈ। ਅੱਲਾ ਵੀਟ ਦੇ ਔਰ ਪਾ ਨਹੀਂ। ਹਾਂ ਚਲੋ ਕੋਈ ਨੀ, ਕੰਮ ਚੱਲੇ ਜੀ। ਦੇਖੋ ਬੱਚੀ ਮਿੱਟੀ ਲਈ। ਹਾਂਜੀ ਜੀ, ਸਾਡਾ ਗੋਲਣਾ ਟਕਲਾ ਹੈ। ਚਲੋ ਚਲੋ। ਹਾਂਜੀ ਜੀ, ਗੰਜੇ ਕਰਾਉਣ ਨਾਲ ਨਾ ਬੱਚੀਆਂ ਦੇ ਵਾਲ ਬਹੁਤ ਸੋਹਣੇ ਹੁੰਦੇ ਨੇ। Thank you.
ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਕਿ ਮੇਰਾ ਚੈਨਲ ਸਬਸਕ੍ਰਾਈਬ ਕਰ ਲਵਣ ਲਾਈਕ ਕਰਨ ਸ਼ੇਅਰ ਕਰਨ ਕਿਉਂਕਿ ਤੁਹਾਡੀ ਸਪੋਰਟ ਨਾਲ ਯਾਨੀ ਕਿ ਤੁਹਾਡੀ ਸਪੋਰਟ ਨਾਲ ਮੇਰੀ ਹਿੰਮਤ ਹਾਂਜੀ ਜੀ ਦੇਖੋ ਅਸੀਂ ਇੱਥੇ ਚੁੱਲ੍ਹਾ ਵੀ ਲਗਾਵਾਂਗੇ ਯਾਨੀ ਕਿ ਦੂਸਰਾ ਬਹੁਤ ਅੱਛਾ ਇਨਸ਼ਾਅੱਲਾ ਵਲੋਗ ਦੇਖਣੇ ਨੂੰ ਮਿਲੇਗਾ ਕਿਉਂਕਿ ਇੱਥੇ ਨਿੰਮ ਹੈ ਹੁਣ ਤਾਂ ਸੁੱਕ ਗਈ ਹੈ ਲੇਕਿਨ ਫੁੱਟ ਰਹੀ ਹੈ ਉਹਦੀ ਵਜ੍ਹਾ ਤੋਂ ਇੱਥੇ ਛਾਂ ਰਹੇਗੀ ਬਹੁਤ ਬਹੁਤ ਮਜ਼ੇ ਮਜ਼ੇ ਦੇ ਖੇਤਾਂ ਦੇ ਤਾਜ਼ੀ ਤਾਜ਼ੀ ਸਬਜ਼ੀ ਦੇ ਖਾਣੇ ਬਣਾਵਾਂਗੇ ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਇਸੇ ਤਰ੍ਹਾਂ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਕਿ ਮੇਰੀ ਹਰ ਨਵੀਂ ਵੀਡੀਓ ਆਉਣ ਤੋਂ ਪਹਿਲੇ ਯਾਨੀ ਕਿ ਜਿਹੜੀ ਵੀ ਮੈਂ ਨਵੀਂ ਵੀਡੀਓ ਅਪਲੋਡ ਕਰਾਂ ਅਤੇ ਉਹ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚ ਸਕੇ ਉਹਨਾਂ ਕੋਲ ਪਹੁੰਚੇਗੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਏਗਾ ਅਤੇ ਉਹਨਾਂ ਨੂੰ ਪਲੀਜ਼ ਗੁਜ਼ਾਰਿਸ਼ ਹੈ ਕਿ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਵਣ ਅਤੇ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਸ਼ ਕਰਿਆ ਕਰੋ ਪੂਰੀ ਦੇਖਿਆ ਕਰੋ ਇਸ ਤਰੀਕੇ ਨਾਲ ਸਾਰੀ ਖੁਦ ਹੱਥਾਂ ਨਾਲ ਬਣਾਏ